ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 'ਚ ਟਿਊਬਵੈਲ ਤੇ ਮੋਟਰਾਂ ਬਾਰੇ ਸੀਐਮ ਮਾਨ ਨੇ ਵੱਡੀ ਖੁਸ਼ਖਬਰੀ ਸੁਣਾਈ ਹੈ ਤੁਸੀਂ ਵੀ ਸੁਣੋ ਪੂਰੀ ਵੀਡੀਓ ਨਹਿਰੀ ਪਾਣੀ ਵੀ ਖੇਤਾਂ ਤੱਕ ਪਹੁੰਚ ਰਿਹਾ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਨੇ ਟਿਊਬਵੈਲ 14 ਲੱਖ ਤੋਂ ਉੱਪਰ ਟਿਊਬਵੈਲ ਹੈ ਕੋਸ਼ਿਸ਼ ਕਰਾਂਗੇ ਜੇ ਨਹਿਰੀ ਪਾਣੀ ਉੱਥੇ ਤੱਕ ਪਹੁੰਚ ਜੇ ਤਾਂ ਟਿਊਬਵੈਲ ਜਿਹੜੇ ਨੇ ਉਹਨਾਂ ਨੂੰ ਚਲਾਉਣ ਦੀ ਲੋੜ ਘੱਟ ਪਵੇ ਸੋ ਇਸ ਕਰਕੇ ਪੰਜਾਬ ਨੂੰ ਅਸੀਂ ਬਿਜਲੀ ਸਰਪਲਸ ਬਣਾਵਾਂਗੇ ਸੋਲਰ ਵਾਲੇ ਪਾਸਿਓਂ ਵੀ ਗ੍ਰੀਨ એનર્ਜੀ ਵਾਲੇ ਪਾਸਿਓਂ ਵੀ ਤੇ ਹਾਈਡਰੋ ਪ੍ਰੋਜੈਕਟ ਵੀ ਇੱਕ ਥਰਮਲ ਇੱਕ ਅਸੀਂ ਡੈਮ ਬਣਾ ਰਹੇ ਹਾਂ ਆਪਣਾ ਰੰਜੀਤ ਸਾਗਰ ਡੈਮ ਦੇ ਨੇੜੇ ਧਾਰਕਲਾਂ ਦੇ ਵਿੱਚ ਇੱਕ ਡੈਮ ਬਣਾ ਰਹੇ ਹਾਂ ਉਹਦੇ ਨਾਲ ਬਿਜਲੀ ਵੀ ਪੈਦਾ ਹੋਊਗੀ ਤੇ ਸਾਡਾ ਜਿਹੜਾ ਪਾਣੀ ਇੱਧਰ ਉੱਧਰ ਲੀਕ ਹੁੰਦਾ ਸੀ ਰਾਵੀ ਦੇ ਜ਼ਰੀਏ ਉਹ ਵੀ ਜਿਹੜਾ ਹੈ ਸਾਡੇ ਪੰਜਾਬ ਦੀਆਂ ਨਹਿਰਾਂ 'ਚ ਆਊਗਾ ਸੋ ਇਹਨੂੰ ਉਮੀਦ ਹੈ ਕਿ ਪੰਜਾਬ ਫਿਰ ਦੁਬਾਰੇ ਅਸੀਂ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਤਾਂ ਉਹਦੇ ਜੇ ਦਰਿਆ ਤਾਂ ਭਾਵੇਂ ਸਾਡੇ ਕੋਲੇ ਨਹੀਂ ਰਹੇ ਪੰਜ ਪਰ ਅਸੀਂ ਘਟ ਘਟ ਇੰਨਾ ਪਾਣੀ ਹੋਵੇ ਸਾਡੇ ਕੋਲੇ ਕਿ ਸੂਬਾ ਜਿਹੜਾ ਉਹ ਆਪਣਾ ਨਾਮ ਜਿਹੜਾ ਉਹ ਜਸਟੀਫਾਈ ਕਰ ਸਕੇ